ਇਸ ਤੋਂ ਬਾਅਦ ਆਈਏ ਮਿੰਟੂ ਜੀ, ਆਪਾਂ ਫਰੀਦਕੋਟ ਸੀਟ ਦੇ ਉੱਤੇ ਗੱਲਬਾਤ ਕਰ ਲਈਏ। ਸਰਬਜੀਤ ਸਿੰਘ ਖਾਲਸਾ ਜਿਹੜੇ MP ਤਾਂ ਬਣ ਗਏ ਆ, ਤਾਂ ਉਹ ਕਹਿੰਦੇ ਕਿ ਬਾਈ ਮੈਨੂੰ ਤਾਂ ਆਫਰ ਉਫਰ ਚੰਗੇ ਆਉਂਦੇ ਪਏ ਆ ਮਿੰਟੂ ਜੀ, ਪਰ ਇਹ ਨਹੀਂ ਦੱਸਦੇ ਪਏ ਕਿ ਆਫਰ ਆਇਆ ਕਿਹਦਾ, ਕਿੰਨੇ ਕੁ ਆਫਰ ਆ ਗਏ ਆ, ਕਿਹਦੇ ਆਫਰ ਆਉਂਦੇ ਪਏ ਆ। ਹੋ ਸਕਦਾ ਆਫਰ ਆਇਆ ਹੋਵੇ ਮਾਨ ਸਾਹਿਬ, ਕਿਉਂਕਿ ਜਿਸ ਤਰ੍ਹਾਂ 4 ਦੀ ਸ਼ਾਮ ਤੋਂ ਬਾਅਦ ਇੱਕ ਵਾਰੀ ਕੋਈ ਭੱਜ ਦੌੜ ਚੱਲੀ ਆ ਕਿ ਕੀ ਬਣੇਗਾ ਇੱਧਰੋਂ ਉੱਧਰੋਂ, ਹੋ ਸਕਦਾ ਪੰਜਾਬ 'ਚੋਂ ਕਿਸੇ ਬੰਦੇ ਨੇ ਅਪਰੋਚ ਕੀਤਾ ਹੋਵੇ। ਬਾਕੀ ਕਿੰਨੇ ਕੀਤਾ, ਕਿਹੜੇ ਦਲ ਨੇ ਕੀਤਾ, ਕਿਹੜੇ ਵਿਚੋਲੇ ਨੇ ਕੀਤਾ, ਕਿਉਂਕਿ ਵਿਚੋਲੇ ਹੁੰਦੇ ਆ ਨਾ ਇੱਥੇ। ਤੁਸੀਂ ਗੂਗਲ ਕਰਿਓ, ਅਮਰ ਸਿੰਘ ਵਰਗੇ ਕੌਣ ਸਨ UP 'ਚ, ਅਮਰ ਸਿੰਘ ਵਰਗੇ ਕੌਣ ਸੀਗੇ, ਉਹ ਇਹੀ ਕੰਮ ਕਰਦੇ ਸੀਗੇ। ਤਾਂ ਬਹੁਤ ਸਾਰੇ ਖਿਡਾਰੀ ਹੁੰਦੇ ਆ ਵਿੱਚ, ਕਾਮਰੇਡ ਸੁਰਜੀਤ ਸੀ ਜਿਹੜਾ, ਉਹ ਵੀ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਰੋਲ ਅਦਾ ਕਰ ਜਾਂਦਾ ਸੀਗਾ। ਮਤਲਬ ਕਿ ਇਸ ਤਰ੍ਹਾਂ ਦੇ ਕਈ ਬੰਦੇ ਆ ਜਿਹੜੇ ਖੇਤਰੀ ਰਾਜਨੀਤੀ 'ਚ, ਖੇਤਰੀ ਪਾਰਟੀਆਂ 'ਚ ਚਫੇਰੇ ਰੱਖਦੇ ਆ, ਨਿਗਾਹ ਅਤੇ ਲਿੰਕ ਵੀ ਹੁੰਦੇ। ਹੋ ਸਕਦਾ ਕੋਈ ਆਇਆ ਹੋਵੇ, ਪਰ ਮੈਂ ਤਾਂ ਨਹੀਂ ਕਹਿ ਸਕਦਾ ਕਿ ਕਿੱਧਰੋਂ ਆਇਆ ਹੋਊਗਾ, ਕਿਉਂਕਿ ਹੁਣ ਉੱਥੇ ਤੁਹਾਡੇ ਕੋਲ ਆਪਸ਼ਨ ਤਾਂ 3 ਨੇ। ਜਾਂ ਤਾਂ ਤੁਸੀਂ ਉੱਥੇ ਵਿੱਚ ਵਿਚਾਲੇ ਖਲੋਤੇ ਰਹੋ, ਜਾਂ ਸੱਜੇ ਪਾਸੇ ਤੁਹਾਡੇ ਭਾਜਪਾ ਖਲੋਤੀ ਉੱਧਰ ਚਲੇ ਜਾਓ, ਅਤੇ ਖੱਬੇ ਪਾਸੇ ਕਾਂਗਰਸ ਖਲੋਤੀ ਆ। ਕਾਂਗਰਸ ਦੇ ਸਵਾਲ 'ਤੇ ਸਰਬਜੀਤ ਸਿੰਘ ਖਾਲਸਾ ਨੇ ਆਖਿਆ ਕਿ ਬਈ ਅਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਜਾ ਸਕਦੇ ਹਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਾਇਆ, ਨਿਰਦੋਸ਼ ਮਾਰੇ, ਅਸੀਂ ਉਹਨਾਂ ਦੇ ਨਾਲ ਨਹੀਂ ਜਾ ਸਕਦੇ। ਬਾਕੀ ਅਸੀਂ ਫਰੀਦਕੋਟ ਦੀ ਸੰਗਤ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਕੁਛ ਨਹੀਂ ਕਰਨਾ। ਅਤੇ ਦੂਜੇ ਪਾਸੇ ਨਾਲ ਉਹ ਆਫਰ ਵਾਲੀ ਗੱਲ ਜਿਹੜੀ ਕਹਿੰਦੇ ਆ, ਪਰ ਭਾਜਪਾ ਦੂਜੇ ਪਾਸੇ ਆ। ਹਾਂ, ਜਿਵੇਂ ਮੈਂ ਕਿਹਾ ਕਿ ਵਿੱਚ ਵਿਚਾਲੇ ਖਲੋਤੇ ਰਹੋ, ਫਿਰ ਜਿਵੇਂ ਸਿਮਰਨਜੀਤ ਸਿੰਘ ਮਾਨ ਹੈ, ਰਾਸ਼ਟਰਪਤੀ ਦੀ ਵੋਟ ਕਿਹਨੂੰ ਪਾਈ ਅੱਜ ਤੱਕ ਉਹਨਾਂ ਨੇ ਦੱਸਿਆ ਤਾਂ ਹੈ ਨਹੀਂ, ਅਤੇ ਨਾ ਹੀ ਉਹਨਾਂ ਦੇ ਸਮਰਥਕ ਖੁੱਲ੍ਹ ਕੇ ਪੁੱਛਣ ਦਿੰਦੇ ਨੇ। ਪਰ ਗੱਲ ਇਹ ਆ ਕਿ ਦੇਖੋ, ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਪਿਛਲੇ ਦਿਨੀ ਜੀ, ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਆ ਉਹ ਚੋਣ ਲੜਨ ਨੂੰ ਜਸਟੀਫਾਈ ਕਿਸ ਤਰ੍ਹਾਂ ਕਰ ਰਹੇ ਆ। ਅੰਮ੍ਰਿਤਪਾਲ ਸਿੰਘ ਦਾ ਉੱਥੇ ਬੜਾ ਇੱਕ ਕੂਟਨੀਤਿਕ ਬਿਆਨ ਜਿਹੜਾ ਨਾ ਉਹ ਵਾਇਰਲ ਹੋ ਰਿਹਾ ਕਿ ਜਿੱਥੇ ਲੋੜ ਪਵੇਗੀ ਅਸੀਂ ਸੰਵਿਧਾਨ ਨੂੰ ਵਰਤਾਂਗੇ ਵੀ। ਫਰਜ਼ ਕਰੋ ਕਿਸੇ ਨੂੰ ਜੇਲ੍ਹ ਤੋਂ ਬਾਹਰ ਕਢਾਉਣਾ ਹੈ ਅਤੇ ਅਸੀਂ ਉਸ ਨੂੰ ਸੰਵਿਧਾਨ ਨੂੰ ਯਾਨੀ ਵਰਤਾਂਗੇ ਵੀ। ਅਤੇ ਫਿਰ ਗੱਲ ਇਹ ਆ ਕਿ ਦੇਖੋ, ਅੰਮ੍ਰਿਤਪਾਲ ਸਿੰਘ ਤਾਂ ਇਸ ਵੇਲੇ ਹੈਗੇ ਨੇ ਜੇਲ੍ਹ ਦੇ ਵਿੱਚ, ਉਹਨਾਂ ਦਾ ਫੈਸਲਾ ਕੀ ਆਉਣਾ ਕੀ ਨਹੀਂ ਆਉਣਾ ਮੈਨੂੰ ਨਹੀਂ ਪਤਾ। ਸਰਬਜੀਤ ਸਿੰਘ ਖਾਲਸਾ ਜੀ, ਤੁਸੀਂ ਤਾਂ ਆਜ਼ਾਦ ਹੋ, ਤੁਸੀਂ ਵੀ ਫਿਰ ਇਸ ਨੀਤੀ 'ਤੇ ਚੱਲ ਸਕਦੇ ਹੋ। ਮੈਂ ਨਹੀਂ ਕਹਿੰਦਾ ਕਿ ਕਾਂਗਰਸ ਵੱਲ ਜਾਓ, ਭਾਜਪਾ ਵੱਲ ਜਾਓ ਜੀ, ਕੋਈ ਮਸਲਾ ਤਾਂ ਹੱਲ ਕਰਾ ਸਕਦੇ ਹੋ ਨਾ। ਜੇ ਗੁਰੀਲਾ ਵਾਰਫੇਅਰ ਦਾ ਹੀ ਇਹ ਸਾਰਾ ਪੈਂਤੜਾ ਅਖਤਿਆਰ ਕਰਨਾ ਹੈ, ਚੋਣ ਲੜਨ ਵਾਲਾ ਵੀ ਉਹ ਜਸਟੀਫਾਈਬਲ ਕੀਤਾ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਤਾਂ ਖੁਦ ਕਿਹਾ ਸੀਗਾ ਕਿ ਗੁਰੀਲਾ ਯੁੱਧ ਨੀਤੀ ਦਾ ਹਿੱਸਾ ਕਿ ਜਿੱਥੇ ਸੰਵਿਧਾਨ ਦੀ ਜ਼ਰੂਰਤ ਪੈਂਦੀ ਉੱਥੇ ਵਰਤ ਲਵੋ। ਅਤੇ ਫਿਰ ਇਹੋ ਜਿਹਾ ਮੌਕਾ ਜੇ ਮੰਨ ਲਓ ਕਿਤੇ ਅੜ ਜਾਂਦਾ ਕੰਮ, ਤੁਹਾਨੂੰ ਪਤਾ ਨਾ ਅਟਲ ਸਰਕਾਰ ਜਿਹੜੀ ਸੀ ਇੱਕ ਵੋਟ 'ਤੇ ਡਿੱਗ ਪਈ ਸੀਗੀ ਜੀ, ਅਤੇ ਉਹ ਵੋਟ ਵੀ ਸ਼ਾਇਦ ਸਪੀਕਰ ਨੇ ਕੀਤਾ ਸੀਗਾ ਐਂਡ ਦੇ ਵਿੱਚ ਜਾ ਕੇ। ਸਪੀਕਰ ਦੀ ਇਹ ਭੂਮਿਕਾ ਹੁੰਦੀ ਹੈ ਕਿ ਜੇ ਵੋਟਾਂ ਬਰਾਬਰ ਰਹਿ ਗਈਆਂ, ਫਰਜ਼ ਕਰੋ ਭਰੋਸੇ ਦੇ ਵੋਟ ਦੇ ਵਿੱਚ, ਤਾਂ ਸਪੀਕਰ ਵੋਟ ਵੀ ਕਰ ਸਕਦਾ ਜੇ। ਇਹ ਵੀ ਤੁਹਾਨੂੰ ਇੰਟਰਸਟਿੰਗ ਫੈਕਟ ਦੱਸ ਦੇਵਾਂ ਇਸ ਪ੍ਰਣਾਲੀ ਦਾ। ਤਾਂ ਮਤਲਬ ਇਹ ਆ ਕਿ ਇੱਕ ਇੱਕ ਵੋਟ 'ਤੇ ਹੋ ਸਕਦਾ ਕੱਲ੍ਹ ਨੂੰ ਸਰਕਾਰ ਬਣਦੀ ਹੋਵੇ, ਡਿੱਗਦੀ ਹੋਵੇ, ਅਤੇ ਤੁਸੀਂ ਵੀ ਗੁਰੀਲਾ ਯੁੱਧ ਨੀਤੀ ਅਪਣਾ ਸਕਦੇ ਹੋ। ਮੈਂ ਨਹੀਂ ਕਹਿੰਦਾ, ਮੇਰਾ ਕੋਈ ਸੁਝਾਅ ਦੇਣ ਦਾ ਨਾ ਇਰਾਦਾ ਹੈ, ਨਾ ਹੀ ਮੇਰੀ ਕੋਈ ਮਤਲਬ ਕਿ ਕੋਈ ਪੋਸਟ ਹੈ ਕਿ ਮੈਂ ਸਲਾਹ ਦੇਵਾਂ, ਨਾ ਹੀ ਮੈਂ ਤੁਹਾਡਾ ਕੋਈ ਸਿਆਸੀ ਸਲਾਹਕਾਰ ਹਾਂ। ਪਰ ਜੇਕਰ ਇਹ ਧਿਰ ਦੇ ਵਿੱਚੋਂ ਹੀ
ਇੱਕ ਆਜ਼ਾਦ ਉਮੀਦਵਾਰ ਖਲੋਤੇ ਆ ਜਿਹੜੇ, ਉਹਨਾਂ ਦੀ ਪੋਸਟ ਨੂੰ ਫੈਲਾ ਕੇ ਜਸਟੀਫਾਈਬਲ ਕੀਤਾ ਜਾਂਦਾ ਚੋਣ ਲੜਨ ਨੂੰ, ਤਾਂ ਫਿਰ ਕੁਝ ਲਿਆ ਜਾ ਸਕਦਾ, ਚਾਹੇ ਉਹ ਪੰਜਾਬ ਲਈ ਚਾਹੇ ਬੰਦੀ ਸਿੰਘਾਂ ਲਈ, ਉਹ ਤੁਸੀਂ ਦੇਖਣਾ ਜੀ। ਬਾਕੀ ਕਿਹਦੀ ਔਫਰ ਆਈ ਹੈ ਮੈਨੂੰ ਪਤਾ ਨਹੀਂ। ਇਹ ਗਏ ਸਨ, ਘੱਲੂਘਾਰਾ ਦਿਹਾੜਾ ਮਨਾਇਆ ਜਾ ਰਿਹਾ ਜੀ, ਮਨਾਇਆ ਗਿਆ ਵੈਸੇ ਤਾਂ ਜੀ, ਤਾਂ ਉੱਥੇ ਗਏ ਸਨ, ਬੀਬੀ ਖਾਲੜਾ ਜੀ ਵੀ ਗਏ ਸਨ ਉੱਥੇ, ਸ਼ਾਇਦ ਉਹਨਾਂ ਨੇ ਵੀ ਸਟੇਟਮੈਂਟ ਇਸ ਬਾਬਤ ਦਿੱਤੀ ਆ, ਮਾਨ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਆ। ਉਹ ਕਹਿੰਦੇ ਕਦੇ ਕਦੇ ਸਿੱਖ ਮੈਨੂੰ ਟਾਲ ਦਿੰਦੇ, ਕਹਿੰਦੇ ਵੀ ਜਾ ਤੂੰ ਆਰਾਮ ਕਰ, ਫਿਰ ਤੈਨੂੰ ਬੁਲਾ ਲਵਾਂਗੇ, ਇਸ ਕਰਕੇ ਹਾਰ ਗਿਆ ਮੈਂ। ਉਹਨਾਂ ਦੇ ਬੜੇ ਕਈ ਵਾਰ ਨਾ ਫਨੀ ਜੇ ਸਟੇਟਮੈਂਟ ਆਉਂਦੇ ਆ, ਕਦੇ ਕਹਿੰਦੇ ਕਿ ਮੂਸੇਵਾਲ ਨੇ ਜਾਂ ਦੀਪ ਸਿੱਧੂ ਦੇ ਫੈਕਟਰ ਨੇ ਕੰਮ ਨਹੀਂ ਕੀਤਾ, ਕਦੇ ਕਦੇ ਉਹ ਕੁਛ ਕਹਿ ਦਿੰਦੇ ਆ। ਹੁਣ ਉਹ ਕਹਿੰਦੇ ਕਿ ਸਿੱਖ ਕਦੇ ਕਦੇ ਮੈਨੂੰ ਟਾਲ ਦਿੰਦੇ ਵੀ ਕੋਈ ਗੱਲ ਨਹੀਂ ਹੈ, ਜਦੋਂ ਲੋੜ ਹੋਈ ਤੇਰੀ ਬੁਲਾ ਲਵਾਂਗੇ। ਤਾਂ ਕਾਫੀ ਸਟੇਟਮੈਂਟ ਜਿਹੜਾ ਹੈ ਨਾ ਉਹ ਅਜੀਬੋ ਗਰੀਬ ਜਿਹਾ ਲੱਗਿਆ, ਪਰ ਸਰਬਜੀਤ ਸਿੰਘ ਖਾਲਸਾ ਦੇ ਇਸ ਸਟੇਟਮੈਂਟ ਦੀ ਚਰਚਾ ਇਸੇ ਕਰਕੇ ਬਣ ਗਈ ਕਿਉਂਕਿ ਇਹ ਸਸਪੈਂਸ ਆ ਕਿ ਕਿਸ ਧਿਰ ਨੇ ਇਹਨਾਂ ਨੂੰ ਅਪਰੋਚ ਕੀਤਾ ਹੋਵੇਗਾ, ਕਿਉਂਕਿ ਉੱਤੇ ਤਾਂ ਦੋ ਧਿਰ ਆਈਆਂ ਨਾ, ਬਲੋਕ ਦੋ ਹੀ ਆ ਜੀ, ਅਤੇ ਕਾਂਗਰਸ ਤਾਂ ਮੇਰੇ ਖਿਆਲ ਉਹਨਾਂ ਨੇ ਸਾਫ਼ ਕਰ ਹੀ ਦਿੱਤਾ। ਹਾਂ ਉਹ ਵੀ ਇਹ ਤਾਂ ਹੈ ਹੀਗਾ ਜੀ, ਜੀ ਜੀ ਕਰਨਾ ਹੀ ਸੀਗਾ, ਇੱਕ ਕਾਂਗਰਸ ਨੂੰ ਤਾਂ ਫਿਰ ਕਰਨਾ ਹੀ ਸੀਗਾ ਜੀ 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 ਜੀ। ਤਾਂ ਹੁਣ ਚਲੋ ਦੇਖਦੇ ਹਾਂ ਜੀ। ਤਾਂ ਇਹਦੇ ਨਾਲ ਇੱਕ ਵੀਰ ਦਾ ਉੱਪਰਲੇ ਪਾਸੇ ਮਾਲਵਾ ਬਲੋਕ ਕੀ ਕਹਿੰਦੇ ਸਪੀਕਰ ਵੀ ਤਾਂ ਕਹਿੰਦੇ ਕਿ ਐਮ ਪੀ ਹੁੰਦਾ ਵੀਰ ਜੀ, ਕਹਿੰਦੇ ਸਵਾਲ ਕਰਦੇ ਪਏ ਮਿੰਟੂ ਜੀ ਇਹ। ਜੀ ਬਿਲਕੁਲ ਐਮ ਪੀ ਹੁੰਦਾ ਜੀ, ਇਸ ਲਈ ਵੋਟ ਕਾਊਂਟ ਹੁੰਦੀ ਜੀ। ਬਿਲਕੁਲ ਬਿਲਕੁਲ, ਪਰ ਉਹ ਆਮ ਤੌਰ 'ਤੇ ਵੋਟ ਨਹੀਂ ਜਿਹੜੀ ਉਹ ਗਿਣੀ ਜਾਂਦੀ ਜਾਂ ਉਹ ਪਾਉਂਦੇ, ਜਦੋਂ ਮੰਨ ਲਓ ਕਿ ਵੋਟਿੰਗ 'ਤੇ ਗੱਲ ਆ ਗਈ ਮੈਚ ਤਾਂ ਉੱਥੇ ਹਾਂਜੀ ਬਰਾਬਰ ਹੋ ਗਿਆ, ਤਾਂ ਫਿਰ ਸਪੀਕਰ ਦੀ ਜਿਹੜੀ ਵੋਟ ਆ ਉਹ ਕਾਸਟ ਕਰਵਾਈ ਜਾਂਦੀ ਹੈ ਜੀ। ਜੀ 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 ਜੀ, ਇਧਰਲੇ ਪਾਸੇ ਤੋਂ ਮੁੱਦਾ, ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ, ਅਤੇ ਨਾਲ ਹੀ ਮਿੰਟੂ ਜੀ ਕਮੈਂਟ ਉੱਪਰਲੇ ਪਾਸੇ ਮੁੱਦਾ ਨਹੀਂ ਮੁੱਦਲ ਜੀ, ਹਾਂ ਜੀ ਜੀ ਮੁੱਦਲ ਹਾਂ। ਤਾਂ ਉੱਪਰਲੇ ਪਾਸੇ ਨੂੰ ਚੱਲਦੇ ਹਾਂ ਜੀ ਆਪਾਂ, ਉੱਪਰਲੇ ਪਾਸੇ ਮਿੰਟੂ ਜੀ ਕਹਿੰਦੇ ਕਿ ਬਾਈ ਅੰਮ੍ਰਿਤਪਾਲ ਸਿੰਘ ਬਾਹਰ ਕਦੋਂ ਆਵੇਗਾ। ਵੈਸੇ ਤਾਂ ਆਪਾਂ ਗੱਲ ਕਰ ਲਈਏ ਬਾਈ ਉਹਦੇ 'ਤੇ, ਤਾਂ ਹੁਣ ਉਹਦੇ ਬਾਰੇ ਕੋਈ ਸਾਫ਼ ਨਹੀਂ ਹੈ ਕਦੋਂ ਤੱਕ ਬਾਹਰ ਆਏਗਾ। ਅਤੇ ਨਾਲ ਹੀ ਕਹਿੰਦੇ ਕਿ ਬਾਈ ਗੱਲ ਚੱਲਦੀ ਪਈ ਸੀ ਫਰੀਦਕੋਟ ਦੀ ਜੀ, ਕਹਿੰਦੇ ਕਿ ਬਾਈ ਨਿਸ਼ਾ ਬਾਨੋ ਜੀ ਉਹ ਐਕਟਰਸ ਮੇਲਾ ਦਾ ਸ਼ਹਿਰ ਇੱਥੇ ਆਏ ਸੀਗੇ, ਕਹਿੰਦੇ ਸੀ ਕਿ ਰਾਤ ਦੇ 12-12 ਵਜੇ ਤੱਕ ਕਹਿੰਦੇ ਕਿ ਬਾਈ ਕਰਮਜੀਤ ਅਨਮੋਲ ਹੋ ਰਹੀ ਹੈ, ਜਿਹੜੇ ਮੀਆਂ ਬੀਵੀ ਗੱਲਾਂ ਕਰਦੇ ਰਹਿੰਦੇ ਆ ਕਿ ਬਾਈ ਪੋਲਿਟਿਕਸ ਜਾਂ ਪੰਜਾਬ ਦੀਆਂ ਬਹੁਤ ਪਿਆਰ ਕਰਦੇ ਆ, ਅਤੇ ਹੁਣ ਬਾਈ ਉਸ ਤੋਂ ਬਾਅਦ ਕੀ ਹੋ ਗਿਆ ਹੁਣ ਨਹੀਂ ਪਤਾ, ਕਹਿੰਦੇ ਕਿ ਬਾਈ ਕੀ ਹੋ ਕੌਣ ਇੱਥੇ ਖੜਦਾ ਜੇ। ਦੇਖੋ ਆਹੀ ਫਰਕ ਹੁੰਦਾ ਕਿ ਲੀਡਰ ਆਪਣਾ ਜਿਹੜਾ ਹੈ ਨਾ ਉਹ ਐਸਾ ਚੁਣੋ ਜਿਹੜਾ ਤੁਹਾਡੇ ਕੰਮ ਆ ਸਕੇ ਜੀ। ਜਿਸ ਬੰਦੇ ਦਾ ਤੁਹਾਨੂੰ ਘਰ ਦਾ ਐਡਰੈਸ ਨਹੀਂ ਪਤਾ, ਜਿਸ ਬੰਦੇ ਦਾ ਟੈਲੀਫੋਨ ਨੰਬਰ ਨਹੀਂ ਪਤਾ ਤੁਹਾਨੂੰ, ਜਿਸ ਬੰਦੇ ਦਾ ਕੋਈ ਸੰਪਰਕ ਹੀ ਨਹੀਂ ਪਤਾ ਤੁਹਾਨੂੰ, ਕਿਉਂਕਿ ਭੇਜਿਆ ਭਗਵੰਤ ਮਾਨ ਹੋਰਾਂ ਨੇ ਅਤੇ ਭਗਵੰਤ ਮਾਨ ਹੋਰਾਂ ਦੇ ਅਤੇ ਆਪਦੇ ਨੰਬਰ ਨਹੀਂ ਹੋਣੇ ਤੁਹਾਡੇ ਕੋਲ। ਐਮ ਪੀ ਵਾਲੇ ਪੁਰਾਣੇ ਨੰਬਰ ਹੁੰਦੇ ਸੀਗੇ, ਉਹ ਤਾਂ ਬਦਲ ਬੁਦਲ ਗਏ ਜਾਂ ਮੁੰਡਿਆਂ ਹੋਰਾਂ ਕੋਲੋਂ ਹੋਣੇ ਆ। ਸੋ ਇਸ ਵਾਸਤੇ ਮੈਂ ਤਾਂ ਕਹਿੰਦਾ ਕਿ ਕਿਸੇ ਨੂੰ ਵੀ ਚੁਣਨਾ ਜਦੋਂ ਇਹ ਵੇਖ ਕੇ ਚੁਣੋ ਕਿ ਉਹ ਬੰਦਾ ਯਾਰ ਜ਼ਮੀਨ 'ਤੇ ਸਾਡੇ ਕਿੰਨਾ ਕੁ ਕੰਮ ਆਇਆ, ਸਮਾਜ ਵਾਸਤੇ ਉਹਦੀ ਕੀ ਦੇਣ ਆ, ਅਤੇ ਜਾਂ ਅੱਗੇ ਸਾਡੇ ਵਾਸਤੇ ਉਹ ਕੀ ਕਰ ਸਕਦਾ, ਕੀ ਲਿਆ ਸਕਦਾ। ਪਰ ਮਾਫ਼ ਕਰਨਾ, ਇੱਥੇ ਜ਼ਿਆਦਾਤਰ ਕੰਮ ਆ ਜਿਹੜਾ ਉਲਟਾ ਪੁਲਟਾ ਹੀ। ਹੁਣ ਜ਼ਿਆਦਾ ਬੋਲੂੰਗਾ ਤਾਂ ਗੱਲਾਂ ਚੁਭਦੀਆਂ, 4-5 ਸਾਲ ਬਾਅਦ ਫਿਰ ਜਦੋਂ ਦੇਖਿਆ ਜਾਂਦਾ ਹੈ ਕਿਸੇ ਨੂੰ ਜਜ਼ਬਾਤ ਦੇ ਆਧਾਰ 'ਤੇ ਚੁਣਿਆ ਹੁੰਦਾ ਹੈ, ਕਿਸੇ ਨੂੰ ਬੀਕਾਨੇਰੀ ਭੁਜੀਆ ਜਾਂ ਇੱਕ ਅੱਧੋ ਪੈਗ ਜਾਂ 1-2 ਬੋਤਲਾਂ ਉਹਦੇ ਆਧਾਰ 'ਤੇ ਚੁਣਿਆ ਹੁੰਦਾ ਹੈ, ਜਾਂ ਕਿ ਬਾਪੂ ਸਾਡਾ ਦਾਦਾ ਸਾਡਾ ਫਲਾਣੇ ਨੂੰ ਪਾਉਂਦਾ ਸੀਗਾ ਉਸ ਆਧਾਰ 'ਤੇ ਚੁਣਿਆ ਹੁੰਦਾ, ਤਾਂ ਫਿਰ ਕਿਤੇ ਨਾ ਕਿਤੇ 3-4 ਸਾਲਾਂ ਬਾਅਦ ਜਦੋਂ ਜਾ ਕੇ ਫਿਰ ਵੇਖਦੇ ਆ ਕਿ ਕੀ ਬਣਿਆ, ਤਾਂ ਕਹਿੰਦੇ ਕਿ ਨਹੀਂ 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 ਯਾਰ ਵੋਟ ਹੀ ਗਵਾ ਲਈ, ਆਹ ਸ਼ਬਦ ਨਿਕਲਦੇ ਆ ਫਿਰ ਨਿਰਾਸ਼ਾ ਦੇ ਵਿੱਚ ਕਿ ਆ ਤਾਂ ਯਾਰ ਵੋਟ ਹੀ ਗਵਾ ਲਈ ਅਸੀਂ ਆਪਦੀ ਜੀ 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 ਜੀ। ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਤੋਰੀਏ ਮਿੰਟੂ ਜੀ। ਇੱਧਰਲੇ ਪਾਸੇ ਤੋਂ ਗਿੱਦੜਵਾ ਸੀਟ ਖਾਲੀ ਹੋ ਗਈ ਜੀ ਵਿਧਾਨ ਸਭਾ ਦੀ, ਕਿਉਂਕਿ ਵੜਿੰਗ ਸਾਹਿਬ ਇੱਥੋਂ ਐੱਮ ਐੱਲ ਏ ਸੀਗੇ
ਅਤੇ ਉਹ ਜਾ ਕੇ ਉੱਧਰਲੇ ਪਾਸਿਓਂ ਐਮ ਪੀ ਬਣ ਗਏ ਆ, ਹੁਣ ਖਾਲੀ ਹੋ ਗਈ ਆ। ਕਹਿੰਦੇ ਕਿ ਬਾਈ ਸੁਖਬੀਰ ਸਿੰਘ ਬਾਦਲ ਦੀ ਇੱਥੇ ਚਰਚਾ ਪੂਰੀ ਚੱਲੀ ਰਹੀ ਹੈ। ਕਹਿੰਦੇ